ਸੁਰਿੰਦਰ ਕੌਰ ਸੈਣੀ ਦਾ ਲਿਖਿਆ ਨੋਵਲ ਡਾਰੋਂ ਵਿਛੜੀ ਕੂੰਜ ਦਾ ਅਖੀਰਲਾ 14ਵਾਂ ਅੱਜ ਸ਼ਾਮ ਨੂੰ ਖੁਸ਼ੀ-ਵਿਕਾਰ ਆ ਰਹੀ ਸੀ ਕਿੰਨੇ ਸਾਲਾਂ ਬਾਅਦ ਆਪਣੇ ਘਰ ਪਰਤ ਰਹੀ ਸੀ ਮੈਂ ਸਤਿੰਦਰ ਉਹਨਾਂ ਦੇ ਸਵਾਗਤ ਪਤਾ ਨਹੀਂ ਕੀ ਕੀ ਸਮਾਨ ਲਿਆਈ ਜਾ ਰਹੀ ਸੀ ਨੇਕ شریف ਭਲੇਮਾਨ ਸੇ ਇਨਸਾਨਾਂ ਦੀ ਖਾਤਰਦਾਰੀ ਲਈ ਪਤਾ ਨਹੀਂ ਕੀ ਕੀ ਸੋਚ ਰਹੀ ਸਾਂ ਜਿੱਥੇ ਮੈਂ ਆਪਣੀ ਧੀ ਨੂੰ ਨਫ਼ਰਤ ਕਰਦੀ ਸੀ ਅੱਜ ਆਪਣੀ ਧੀ ਲਈ ਅੰਤਾਂ ਦਾ ਪਿਆਰ ਲਈ ਬੈਠੇ ਸੀ ਗੁਨਾਹਾਂ ਦੇ ਰਾਹਾਂ ਨੂੰ ਟੱਪਦੀ ਹੋਈ ਅੱਜ ਮੇਰੀ ਧੀ ਖੁਸ਼ੀ ਗੁਰਸਿੱਖ ਸਿੰਘ ਨੇ ਸਜ ਗਈ ਸੀ ਸਿਨੇ ਚ ਹਜ਼ਾਰਾਂ ਦੁੱਖ ਲੈ ਕੇ ਮੈਂ ਅੱਜ ਵਰਿਆਂ ਬਾਦ ਜੀਤ ਦੀ ਨਿਸ਼ਾਨੀ ਖੁਸ਼ੀ ਨੂੰ ਮਿਲਣ ਲਈ ਉਤਾਵਲੀ ਹੋ ਰਹੀ ਸੀ ਬੁਰੇ ਹਾਲਾਤ ਤੇ ਬੁਰੇ ਜਹਾਨ ਚ ਕਿਵੇਂ ਮੇਰੀ ਖੂਬਸੂਰਤ ਧੀ ਡੁੱਬ ਗਈ ਸੀ ਰੱਬ ਕਰੇ ਇਹੋ ਜਿਹਾ ਵੇਲਾ ਰੱਬ ਕਿਸੇ ਨੂੰ ਨਾ ਪਾਏ ਆਪਣੀ ਧੀ ਨੂੰ ਅੱਜ ਗਲ ਨਾਲ ਲਾ ਕੇ ਸੀਨਾ ਠੰਡਾ ਕਰਾਂਗੇ ਇਨਸਾਨੀਅਤ ਅਜੇ ਜ਼ਿੰਦਾ ਹੈ ਰੱਬ ਵਰਗੇ ਬੰਦੇ ਵੀ ਇਸੇ ਦੁਨੀਆ 'ਚ ਵਸਦੇ ਹੈ ਵਿਛੜੀ ਹੋਈ ਕੂੰਜ ਹੁਣ ਬੇਆਸਰਾ ਨਹੀਂ ਸੀ ਅੱਜ ਉਹਨੇ ਆਪਣੀ ਮੰਜ਼ਿਲ ਪਾ ਲਈ ਸੀ ਉਹਨੇ ਉਹਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਸਨ ਥੋੜੀ ਦੇਰ ਬਾਅਦ ਹੀ ਦਰਵਾਜ਼ੇ ਤੇ ਬੈਲ ਵੱਜਦੀ ਹੈ ਦੌੜ ਕੇ ਜਾ ਕੇ ਗੇਟ ਖੋਲਦਿਆਂ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਮੇਰੀ ਧੀ ਖੁਸ਼ੀ ਤੇ ਨਾਲ ਦੋ ਫਰਿਸ਼ਤੇ ਹਰਨੇਕ ਵੀਰਜੀ ਤੇ ਕੁਲਜੀਤ ਕੌਰ ਜੀ ਦਰਵਾਜ਼ੇ ਤੇ ਖੜੇ ਹੈ ਖੁਸ਼ੀ ਦੌੜ ਕੇ ਮੈਨੂੰ ਜਫੀ ਪਾ ਲੈਂਦੀ ਐ ਮੈਂ ਉਹਨੂੰ ਆਪਣੀਆਂ ਬਾਹਾਂ 'ਚ ਘੁੱਟ ਲੈਨੀ ਆ ਬਹੁਤ ਪਿਆਰੀ ਜੀ ਮਿੱਠੀ ਮਿਲਨੀ ਸੀ ਕੁਛ ਦਿਨ ਤਾਂ ਮੈਂ ਖੁਸ਼ੀਵਾਲ ਵੇਖਦੀ ਰਹੀ ਉਹ ਹੁਣ ਪਛਾਣ ਨਹੀਂ ਹੋ ਰਹੀ ਸੀ ਨਿਹਰਾ ਰੱਬ ਦਾ ਨੂਰ ਲੱਗ ਰਹੀ ਸੀ ਕੋਈ ਬੁਲੇ ਬੁਲੇ ਮਾਵਾਂ ਧੀਆਂ ਦੀ ਮਿਲਨੀ ਨੇ ਤਾਂ ਸਾਨੂੰ ਵੀ ਰੁਵਾਤਾ ਸੀ ਕੁਲਜੀਤ ਕੌਰ ਵੀ ਅੱਗੇ ਹੋ ਕੇ ਜਫੀ ਪਾ ਕੇ ਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਨੇਕ ਜੀ ਨੇ ਫਤਿਹ ਬੁਲਾਈ ਸੀ ਮੈਂ ਧੰਨ ਧੰਨ ਹੋ ਗਈ ਮੇਰੇ ਘਰ ਪਵਿੱਤਰ ਰੂਹਾਂ ਨੇ ਪੈਰ ਪਾਇਆ ਸੀ ਮੈਂ ਫਿਰ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਅੰਦਰ ਆਉਣ ਲਈ ਕਿਹਾ ਖੁਸ਼ੀ ਫਿਰ ਆਪਣੇ ਦਾਦਾ-ਦਾਦੀ ਕੋਲ ਚਲੀ ਗਈ ਉਹਨਾਂ ਦੇ ਪੈਰੀਂ ਹੱਥ ਲਾਇਆ ਜੁਗ-ਜੁਗ ਜੀਓ ਬੇਟਾ ਉਹਨਾਂ ਨੇ ਵੀ ਅਸ਼ੀਰਵਾਦ ਦੇ ਦਿੱਤਾ ਸੀ ਤੇ ਸਾਰੇ ਜਣੇ ਡਰਾਇੰਗ ਰੂਮ 'ਚ ਬੈਠ ਗਏ ਸਾਂ ਮੈਂ ਰਸੋਈ 'ਚ ਚਾਹ ਪੀਣ ਦਾ ਇੰਤਜ਼ਾਮ ਕਰਨ ਲੱਗ ਪਈ ਖੁਸ਼ੀ ਵੀ ਨਾਲ ਆ ਗਈ ਸੀ ਖੁਸ਼ੀ ਕਹਿੰਦੀ ਮੰਮੀ ਜੀ ਤੁਸੀਂ ਦਰਜੀ ਕੋਲ ਬੈਠੋ ਮੈਂ ਆਪੇ ਚਾਹ ਬਣਾ ਲਿਆਵਾਂਗੀ ਫਿਰ ਕੀ ਸੀ ਥੋੜੀ ਦੇਰ ਬਾਅਦ ਸਾਰੇ ਇੱਕ ਦੂਜੇ ਨਾਲ ਰਚਮਿਚ ਗਏ ਹਰਨੇਕ ਦਾ ਖੁੱਲਾ ਸੁਭਾ ਸਾਰੇ ਘਰ ਚ ਮਹਿਕਾਂ ਵੰਡ ਰਿਆ ਸੀ ਮੈਂ ਫਿਰ ਸਰਤਾਜ ਨੂੰ ਵੀ ਫੋਨ ਕਰਤਾ ਕਹਿ ਦਿੱਤਾ ਵੀ ਪਰੌਣੇ ਆ ਗਏ ਆ ਉਹ ਥੋੜੀ ਦੇਰ ਲਈ ਘਰ ਆ ਜਾਏ ਖੁਸ਼ੀ ਆਪਣੇ ਚਾਚੂ ਬਾਰੇ ਪੁੱਛ ਰਹੀ ਸੀ ਵੀ ਉਹ ਕਿੱਥੇ ਹੈ ਫਿਰ ਮੈਂ ਸਾਰਿਆਂ ਨੂੰ ਨਿੰਮੂ ਬਾਰੇ ਦੱਸਿਆ ਕਿ ਉਹ ਹਸਪਤਾਲ ਚ ਹੈ ਉਸ ਨਾਲ ਕੀ ਕੀ ਬੀਤੇ ਆ ਸਭ ਕੁਝ ਦੱਸ ਦਿੱਤਾ ਸੀ ਖੁਸ਼ੀ ਹੈਰਾਨ ਹੋ ਰਹੀ ਸੀ ਕਿ ਨਿੰਮੂ ਭੈਣ ਮੇਰੀ ਚਾਚੀ ਹੈ ਮੇਰੇ ਚਾਚੂ ਨਾਲ ਉਹ ਪਿਆਰ ਕਰਦੀ ਸੀ ਕਿੰਨੀ ਅਜੀਬ ਜੀ ਕਹਾਣੀ ਹੈ ਰੱਬ ਨੇ ਕਿਸ ਤਰ੍ਹਾਂ ਸਾਨੂੰ ਇੱਕ ਦੂਜੇ ਨਾਲ ਮਿਲਾਇਆ ਸੀ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਫਿਰ ਮੈਂ ਨਿੰਮੋ ਦੀਆਂ ਕਾਪੀਆਂ ਵੀ ਉਹਨਾਂ ਨੂੰ ਦਿਖਾਈਆਂ ਜਿਨ੍ਹਾਂ 'ਚ ਨੇ ਸਭ ਕੁਝ ਲਿਖਿਆ ਹੋਇਆ ਸੀ ਖੁਸ਼ੀ ਬੇਟਾ ਤੇਰੇ ਨਾਲ ਕੀ ਕੀ ਵਾਪਰਿਆ ਇਹ ਸਭ ਮੈਂ ਨਿੰਮੋ ਦੀ ਕਾਪੀ 'ਚ ਪੜ੍ਹ ਲਿਆ ਬਹੁਤ ਰੋਈ ਬਿਲਕੀ ਸੀ ਫਿਰ ਜਦੋਂ ਨਿੰਮੋ ਨੇ ਤੈਨੂੰ ਹਰਨੀਕ ਵੀਰਜੀ ਦੇ ਘਰ ਭੇਜ ਦਿੱਤਾ ਤਾਂ ਜਾ ਕੇ ਮੇਰੇ ਸੀਨੇ ਠੰਡ ਪਈ ਸੀ ਫਿਰ ਤੂੰ ਅਮਰ ਅਛਕ ਲਿਆ ਕੀਰਤਨ ਕਰਨਾ ਸਿੱਖ ਲਿਆ ਬਹੁਤ ਖੁਸ਼ ਹੋਈ ਸੀ ਮੈਂ ਤੇ ਨੀ ਮੁੰਡੇ ਦੀ ਇਨਦਾਰੀ ਮੈਂ ਕਦੀ ਨਹੀਂ ਦੇ ਸਕਦੀ ਕਿਸ ਤਰ੍ਹਾਂ ਤੇਰੀ ਬਰਬਾਦ ਜ਼ਿੰਦਗੀ ਨੂੰ ਨੇ ਆਬਾਦ ਕਰ ਦਿੱਤਾ ਸੀ ਹਰਨੇਕ ਵੀਰਜੀ ਤੇ ਕੁਲਜੀਤ कौर ਭੈਣ ਨੇ ਤੈਨੂੰ ਆਪਣੀ ਧੀ ਬਣਾ ਲਿਆ ਤੇ ਤੇਰੇ ਤੇਰੀ ਸਾਰੀ ਜ਼ਿੰਮੇਵਾਰੀ ਚੁੱਕ ਲਈ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਭੈਣ ਜੀ ਤੁਹਾਡੀ ਖੁਸ਼ੀ ਬਹੁਤ ਹੀ ਸੁਗੜ ਸਿਆਣੀ ਨੇਕ ਸੰਸਕਾਰਾਂ ਵਾਲੀ ਕੁੜੀ ਹੈ ਸਾਡੇ ਘਰ ਆਉਂਦਿਆਂ ਹੀ ਇਹਨੇ ਆਪਣੀ ਜ਼ਿੰਦਗੀ ਨੂੰ ਬਦਲ ਲਿਆ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਬਾਹ ਫਕਰ ਕੱਢ ਲੈਨੇ ਆਪਣੇ ਗ੍ਰੇਂਦ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤਾਂ ਮਿਲਾਇਆ ਜੋ ਵੀ ਉਹਦਾ ਨਾਮ ਜਪਦਾ ਹੈ ਵਾਹਿਗੁਰੂ ਨੂੰ ਨਿਹਾਲ ਕਰ ਦਿੰਦਾ ਅਸੀਂ ਤਾਂ ਹੈਰਾਨ ਹੋ ਗਏ ਸੀ ਜਦੋਂ ਖੁਸ਼ੀ ਨੇ ਸਾਨੂੰ ਕਿਹਾ ਕਿ ਮੈਂ ਵੀ ਗੁਰਦੁਆਰੇ ਜਾਇਆ ਕਰਾਂਗੀ ਅੰਮ੍ਰਿਤ ਛੱਕੀ ਸਿੰਘਣੀ ਬਣਾਂਗੀ ਤੇਰੇ ਬੱਚੀ ਰੋਜ਼ ਸਾਡੇ ਨਾਲ ਗੁਰਦੁਆਰੇ ਜਾਣ ਲੱਗ ਪਈ ਦੋਨੋਂ ਟਾਈਮ ਪਾਰਟ ਕਰਨ ਲੱਗ ਪਈ ਪਤਾ ਨਹੀਂ ਇਹਦੇ ਅੰਦਰੋਂ ਆਵਾਜ਼ ਪਈ ਸੀ ਤੇ ਕੁਝ ਕੁ ਦਿਨਾਂ ਚ ਹੀ ਬਦਲ ਗਈ ਹਾਂਜੀ ਵੀਰ ਜੀ ਮੈਂ ਵੀ ਵੇਖ ਰਹੀ ਹਾਂ ਕਿਵੇਂ ਸਵੇਰੇ 3 ਵਜੇ ਉੱਠ ਜਾਂਦੀ ਹੈ ਨਾ ਧੋਕੇ ਪੰਜ ਬਾਣੀਆਂ ਦਾ ਪਾਠ ਕਰਦੀ ਹੈ ਇਹਨੇ ਤਾਂ ਆਪਣਾ ਜੀਵਨ ਸੁਧਾਰ ਲਿਆ ਸਭ ਆਪ ਜੀ ਦੀ ਹਿੰਮਤ ਤੇ ਹੌਸਲੇ ਨਾਲ ਹੋਇਆ ਨਿਮੋ ਦੀ ਕਾਪੀ 'ਚ ਮੈਂ ਪੜਿਆ ਕਿ ਤੁਹਾਡੀ ਵੀ ਇੱਕ ਬੇਟੀ ਸੀ ਜੋ ਤੁਹਾਨੂੰ ਜਾਨ ਤੋਂ ਪਿਆਰੀ ਸੀ ਪਰ ਵੇਲੇ ਨੇ ਉਹਨੂੰ ਤੁਹਾਡੇ ਤੋਂ ਜੁਦਾ ਕਰ ਦਿੱਤਾ ਸੀ ਤੁਸੀਂ ਮੇਰੀ ਧੀ ਨੂੰ ਆਪਣੀ ਧੀ ਬਣਾ ਕੇ ਚੰਗੇ ਪਾਸੇ ਲਗਾ ਦਿੱਤਾ ਆਪ ਜੀ ਦਾ एहसान ਕਦੇ ਨਹੀਂ ਭੁੱਲਾਂਗੀ ਉਨੇ ਖੁਸ਼ੀ ਤੁਹਾਡੀ ਬੇਟੀ ਹੈ ਤੁਸੀਂ ਇਹਦਾ ਸਭ ਕੁਝ ਕਰਨਾ ਹੈ ਇਹਦੇ ਹਾਨ ਦਾ ਕੋਈ ਗੁਰਸਿੱਖ ਲੜਕਾ ਵੇਖ ਕੇ ਤੁਸੀਂ ਇਹਦਾ ਵਿਆਹ ਕਰਵਾਉਣਾ ਹੈ ਮੈਂ ਤਾਂ ਬਸ ਇੱਕ ਵਾਰ ਇਹ ਨੂੰ ਵੇਖਣਾ ਚਾਹੁੰਦੀ ਸੀ ਸੱਚ ਵੀਰ ਜੀ ਮੇਰੀ ਆਤਮਾ ਅੱਜ ਤਨ ਤਨ ਹੋ ਗਈ ਭੈਣ ਜੀ ਇਹ ਸਭ ਵੈਗਰੂ ਜੀ ਦੇ ਹੱਥ ਹੈ ਬੱਚੇ ਹੈ ਹੀ ਇੰਨੀ ਪਿਆਰੀ ਕੋਈ ਵੀ ਗੁਰਸਿੱਖ ਲੜਕਾ ਇਸ ਨਾਲ ਵਿਆਹ ਕਰਾ ਕੇ ਧੰਨ ਹੋ ਜਾਏਗਾ ਤੁਸੀਂ ਵੀ ਮਾਣੋ ਤੁਸੀਂ ਸਾਡਾ ਬਹੁਤ ਮਾਣ ਸਤਿਕਾਰ ਕੀਤਾ ਸਾਨੂੰ ਵੀ ਹੁਣ ਇਸੇ ਬੱਚੀ ਦਾ ਫਿਕਰ ਹੈ ਵੈਗਰੂ ਨੇ ਚਾਇਆ ਕਈ ਨੇ ਕੰਮ ਵੀ ਅਸੀਂ ਕਰਾਂਗੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਚੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕੋ ਨਿਕਤੀ ਹੋਏ ਦਿਖਾਵੇ ਭੈਣ ਜੀ ਹੁਣ ਤੁਸੀਂ ਬਸ ਮੇਰੀ ਭੈਣ ਨੇ ਮੂੰਹ ਨਾਲ ਸਾਨੂੰ ਮਿਲਵਾ ਦਿਓ ਵਿਚਾਰੀ ਨੇ ਬਹੁਤ ਦੁੱਖ ਦਰਦ ਝੱਲੇ ਆ ਹੁਣ ਤੁਸੀਂ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦੇਣਾ ਸਰਤਾਜ ਆ ਗਿਆ ਤੇ ਹਰਨੇਕ ਸਿੰਘ ਤੇ ਕੁਲਜੀਤ ਕੌਰ ਨੂੰ ਫਤਿਹ ਬੁਲਾਈ ਖੁਸ਼ੀ ਵੀ ਆਪਣੇ ਚਾਚੂ ਦੇ ਗੱਲ ਨਾਲ ਚਿੰਬੜ ਜਾਂਦੀ ਹੈ ਉਹਨੂੰ ਸਿੰਘਣੀ ਸਜੀ ਵੀ ਇੱਕ ਸਰਤਾਜ ਵੀ ਹੈਰਾਨ ਹੋ ਜਾਂਦਾ ਹੈ ਫਿਰ ਸਰਤਾਜ ਨੀਮੋ ਦੀ ਖਬਰ ਸੁਣਾਉਂਦਾ ਹੈ ਕਿ ਨੀਮੋਹਨ ਬਿਲਕੁਲ ਠੀਕ ਹੈ ਪਰ ਫਿਰ 삭ਦੀ ਹੈ ਗੱਲਾਂ ਕਰਦੀ ਹੈ ਥੋੜੀ ਕਮਜ਼ੋਰੀ ਹੈ ਡਾਕਟਰ ਕਹਿੰਦੇ 8-10 ਦਿਨਾਂ ਤੱਕ ਉਹ ਬਿਲਕੁਲ ਤੰਦਰੁਸਤ ਹੋ ਜਾਏਗੀ ਵਾਹਿਗੁਰੂ ਜੀ ਦਾ ਸ਼ੁਕਰ ਹੈ ਸਰਤਾਜ ਜੀ ਨੀਮੋ ਠੀਕ ਹੋ ਗਈ ਹੈ ਚਲੋ ਫਿਰ ਸਾਨੂੰ ਹੁਣ ਛੇਤੀ ਨਾਲ ਨੀਮੋ ਕੋਲ ਲੈ ਚੱਲੋ ਹੋਰ ਇੰਤਜ਼ਾਰ ਨਹੀਂ ਹੁੰਦਾ ਖੁਸ਼ੀ ਵੀ ਨੀਮੋ ਨੂੰ ਮਿਲਣ ਲਈ ਬੇਤਾਬ ਸੀ ਸਾਰੇ ਹਸਤਾਲੀ ਰਵਾਨਾ ਹੋ ਗਏ ਨਿਮੋ ਸਾਰਿਆਂ ਨੂੰ ਇਕੱਠੇ ਵੇਖ ਕੇ ਹੈਰਾਨ ਹੋ ਗਈ। ਹਰਨੇਕ ਭਾਜੀ ਨੂੰ ਕੁਲਜੀਤ ਭਾਬੀ ਨੂੰ ਖੁਸ਼ੀ ਨੂੰ ਵਾਰੀ-ਵਾਰੀ ਤੱਕਦੀ ਐ। ਇਹ ਤਾਂ ਕੋਈ ਕ੍ਰਿਸ਼ਮਾਈ ਲੱਗ ਰਿਹਾ ਸੀ। ਫਿਰ ਸਰਤਾਜ ਨੇ ਹੌਲੀ-ਹੌਲੀ ਨਿਮੋ ਨੂੰ ਸਭ ਕੁਝ ਦੱਸ ਦਿੱਤਾ। ਨਿਮੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਰੱਬ ਨੇ ਅੱਜ ਉਹਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਤੀਆਂ ਸੀ। ਖੁਸ਼ੀ ਦੀ ਉਹਨੂੰ ਬਹੁਤ ਚਿੰਤਾ ਹੁੰਦੀ ਸੀ। ਉਹ ਵੀ ਹੁਣ ਆਪਣੀ ਮੰਮੀ ਕੋਲ ਆ ਗਈ ਸੀ। ਸਰਤਾਜ ਨੇ ਸਾਰਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੁਣ ਨਿਮੋ ਨਾਲ ਕੋਈ ਵੀ ਪੁਰਾਣੀ ਗੱਲ ਨਹੀਂ ਛੇੜਨੀ। ਬਸ ਉਸਨਾਲ ਸੀਮਤ ਹੀ ਬੋਲਣਾ ਕਿਉਂਕਿ ਨਿੰਮੋ ਜੀ ਹੁਣੀ ਠੀਕ ਹੋਈ ਸੀ। ਉਹਦੇ ਦਿਮਾਗ ਤੇ ਕੋਈ ਵੀ ਭਾਰ ਨਹੀਂ ਪਾਉਣਾ। ਮੇਰੀ ਭੈਣ ਨਿੰਮੋ ਤਾਂ ਬਹੁਤ ਬਹਾਦਰ ਕੁੜੀ ਐ। ਵੈਗਰੂ ਜੀ ਇਹਨੂੰ ਤੰਦਰੁਸਤੀ ਦੇਵੇ। ਹਰਨੇਕ ਨੇ ਉਹਦੇ ਸਿਰ ਤੇ ਪਿਆਰ ਦਾ ਹੱਥ ਫੇਰਿਆ। ਨਿੰਮੋ ਤੋਂ ਅਜੇ ਬਹੁਤੀ ਗੱਲ ਨਹੀਂ ਹੋ ਰਹੀ ਸੀ। ਉਹ ਹੁਣ ਬਸ ਥੋੜਾ ਥੋੜਾ ਮੁਸਕਰਾ ਰਹੀ ਸੀ। ਸਰਤਾਜ ਵੀ ਬਹੁਤ ਖੁਸ਼ ਸੀ। ਉਹ ਫਿਰ ਸਾਰਿਆਂ ਨੂੰ ਘਰ ਛੱਡ ਆਇਆ ਸੀ। ਡਾਕਟਰ ਨੇ ਕੱਲ ਨਿੰਮੋ ਨੂੰ ਛੁੱਟੀ ਦੇ ਦੇਣੀ ਸੀ। ਉਹਦੇ ਘਰ ਆਉਣ ਦੀ ਖੁਸ਼ੀ 'ਚ ਪਾਗਲ ਹੋਇਆ ਫਿਰਦਾ ਸੀ। ਖੁਸ਼ੀ ਨੂੰ ਤੇ ਕੁਲਜੀਤ ਨੂੰ ਮਾਰਕੀਟ ਭੇਜ ਦਿੱਤਾ ਸੀ ਨਿੰਮੂ ਲਈ 4-5 ਸੋਹਣੇ ਸੂਟ ਲੈ ਆਉਣ ਅਗਲੇ ਦਿਨ ਨਿੰਮੂ ਨੂੰ ਛੁੱਟੀ ਮਿਲ ਗਈ ਲਾਲ ਰੰਗ ਦਾ ਨਵਾਂ ਸੂਟ ਖੁਸ਼ੀ ਨੇ ਆਪਣੀ ਚਾਚੀ ਨੂੰ ਪਵਾ ਦਿੱਤਾ ਉਹ ਲਾਲ ਤੇ ਹਰੇ ਰੰਗ ਦੀਆਂ ਚੂੜੀਆਂ ਵੀ ਲੈ ਆਈ ਸੀ ਸਰਤਾਜ ਅੱਜ ਨਿੰਮੂ ਨੂੰ ਨਵੀਂ ਵਿਆਹੀ ਦੁਲਹਣ ਵਾਂਗ ਵੇਖ ਰਿਹਾ ਸੀ ਵਾਹਿਗੁਰੂ ਜੀ ਦਾ ਧੰਨਵਾਦ ਕਰ ਰਿਹਾ ਸੀ ਅੱਜ ਨਿੰਮੂ ਦੀ ਕੋਠੀ 'ਚ ਜਾ ਰਹੀ ਸੀ ਉਹ ਦਿਨ ਵੀ ਹੁਣ ਦੂਰ ਨਹੀਂ ਜਦੋਂ ਨਿੰਮੂ ਨਾਲ ਵਿਆਹ ਕਰਵਾ ਕੇ ਇਸ ਕੋਠੀ 'ਚ ਆਏਗਾ ਨਿੰਮੂ ਵੀ ਬਹੁਤ ਖੁਸ਼ ਸੀ। ਉਹਨੂੰ ਅਜੇ ਯਕੀਨ ਹੀ ਨਹੀਂ ਸੀ ਆ ਰਿਹਾ ਵੀ ਉਹ ਸਰਤਾਜ ਦੇ ਨਾਲ ਹੈ। ਉਹਨੂੰ ਇਹ ਸੁਪਨਾ ਜਿਹਾ ਹੀ ਲੱਗ ਰਿਹਾ ਸੀ। ਜਿਉਂ ਹੀ ਸਰਤਾਜ ਦੀ ਗੱਡੀ ਕੋਠੀ ਦੇ ਅੱਗੇ ਆ ਕੇ ਖੜੀ ਹੋਈ, ਮੈਂ ਤੇਲ ਵਾਲੀ ਸ਼ੀਸ਼ੀ ਲੈ ਕੇ ਦੌੜੇ ਆਈ। ਸਰਤਾਜ ਨੂੰ ਕਿਹਾ, "ਤੂੰ ਵੀ ਨਿੰਮੂ ਦੇ ਬਰਾਬਰ ਖੜਾ ਹੋ ਜਾ। ਦੋਹਾਂ ਦੇ ਉੱਪਰੋਂ ਵਾਰਨਾ ਕਰਦੀਆਂ ਤੇ ਦੇਲੀਆਂ 'ਚ ਤੇਲ ਚੁਆਣੀ ਆਂ। ਫਿਰ ਦੋਹਾਂ ਦਾ ਮੂੰਹ ਮਿੱਠਾ ਕਰਾ ਕੇ ਅੰਦਰ ਔਣ ਲਈ ਕਹਿਨੀ ਆਂ।" ਤੇ ਸਰਤਾਜ ਨੂੰ ਲੱਗ ਰਿਹਾ ਸੀ ਜਿਵੇਂ ਭਾਬੀ ਪਾਣੀ ਵਾਰ ਰਹੀ ਹੈ ਤੇ ਉਹ ਉੱਥੇ ਨਿੰਮੂ ਵਿਆਹ ਕਰਾ ਕੇ ਆਇਆ। ਹਰਨੇਕ ਕੁਲਜੀਤ ਤੇ ਖੁਸ਼ੀ ਨੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਸੀ ਘਰ 'ਚ ਵਿਆਹ ਵਰਗਾ ਮਾਹੌਲ ਬਣ ਗਿਆ ਸੀ ਸਰਤਾਜ ਨਿਮੋ ਨੂੰ ਲੈ ਕੇ ਛੇਤੀ ਨਾਲ ਅੰਦਰ ਕਮਰੇ ਚ ਲਾ ਗਿਆ ਤੇ ਉਹਨੂੰ ਲੇਟਣ ਲਈ ਕਿਹਾ ਕਿਉਂਕਿ ਨਿਮੋ ਲਈ ਅਜੇ ਆਰਾਮ ਕਰਨਾ ਬਹੁਤ ਜ਼ਰੂਰੀ ਸੀ ਨਿਮੋ ਤੋਂ ਵੀ ਖੁਸ਼ੀ ਸਾਭੀ ਨਹੀਂ ਸੀ ਜਾ ਰਹੀ ਹਰਨੇਕ ਵੀਰ ਜੀ ਹੁਣ ਜਾਣ ਲਈ ਇਜਾਜ਼ਤ ਮੰਗ ਰਹੇ ਸੀ ਉਹਨਾਂ ਨੇ ਹੁਣ ਆਪਣੇ ਪਿੰਡ ਜਾਣਾ ਸੀ ਠੀਕ ਹੈ ਵੀਰ ਜੀ ਤੁਸੀਂ ਪਿੰਡ ਕੋ ਮਾਓ ਅਸੀਂ ਬਸ ਥੋੜੇ ਦਿਨਾਂ ਤੱਕ ਇਸ ਸਰਤਾਜ ਦੇ ਨਿਮੋ ਦਾ ਵਿਆਹ ਕਰ ਦੇਣਾ ਤੁਸੀਂ ਵਿਆਹ ਵੇਖ ਕੇ ਜਾਣਾ ਭੈਣ ਜੀ ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਕਰਤੀ ਬਹੁਤ ਹੀ ਭਾਗਾ ਵਾਲੇ ਆ ਆਪਣੀ ਭੈਣ ਨਿਮੋ ਦਾ ਵਿਆਹ ਵੇਖ ਕੇ ਜਾਵਾਂਗੇ ਬਸ ਅਸੀਂ ਗਏ ਤੇ ਆਏ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਵੈਗਰੂ ਜੀ ਬੇਅੰਤ ਖੁਸ਼ੀਆਂ ਦੇਣ ਚੰਗਾ ਭੈਣ ਜੀ ਮਿਲਦੇ ਆ ਜੀਤੀ ਫਿਰ ਹਰਨੇਕ ਤੇ ਕੁਲਜੀਤ ਦੋਵੇਂ ਆਪਣੇ ਪਿੰਡ ਚਲੇ ਜਾਂਦੇ ਆ ਮੇਰੇ ਦਿਲ ਚ ਹਲਚਲ ਮਚ ਰਹੀ ਸੀ ਵਰਿਆਂ ਬਾਅਦ ਵੈਗਰੂ ਜੀ ਨੇ ਮੇਰੀ ਸੁਣੀ ਸੀ ਆਪਣੇ ਦਿਉਰ ਦਾ ਵਿਆਹ ਆਪਣੇ ਹੱਥਾਂ ਨਾਲ ਕਰਾਂਗੀ ਸਰਤਾਜ ਨੇ ਹੋਰ ਛੁੱਟੀ ਮਨਜ਼ੂਰ ਕਰਵਾ ਲਈ ਸੀ ਉਹਨੂੰ ਆਪਣੀ ਪਸੰਦ ਤੇ ਹੁਣ ਮਾਣ ਹੋ ਰਿਹਾ ਸੀ ਉਹਨੂੰ ਖੁਦਾ ਦੀ ਖੁਦਾਈ ਮਿਲ ਗਈ ਸੀ ਰਾਤ ਨੂੰ ਨਿੰਮੋ ਦਵਾਈ ਲੈ ਕੇ ਆਪਣੇ ਕਮਰੇ 'ਚ ਸੌਂ ਗਈ ਸੀ ਸਰਤਾਜ ਉਸ ਕੋਲ ਬੈਠਾ ਉਹਦਾ ਚਿਹਰਾ ਪੜ ਰਿਹਾ ਸੀ ਇਕਦਮ ਖੁਸ਼ੀ ਕਮਰੇ ਚ ਆਈ ਚਾਚੂ ਜੀ ਅੱਜ ਮੈਂ ਨਿੰਮੋ ਭੈਣ ਨਾਲ ਸੋਵਾਂਗੀ ਤੁਸੀਂ ਉੱਪਰ ਚ ਬਾਰੇ ਚ ਜਾ ਕੇ ਸੌਂ ਜਾਓ ਤੁਹਾਡਾ ਜੀ ਵਿਆਹ ਨਹੀਂ ਹੋਇਆ ਚਲ ਸ਼ੈਤਾਨ ਤੂੰ ਇੰਨੀ ਸਿਆਣੀ ਕਦੋਂ ਦੀ ਬਣ ਗਈ ਹੈ ਮੈਨੂੰ ਨਹੀਂ ਜਾਂਦਾ ਚ ਬਾਰੇ ਚ ਮੈਨੂੰ ਇਕੱਲੇ ਨੂੰ ਡਰ ਲੱਗੇਗਾ ਹਾ 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 ਚਾਚੂ ਥੋੜੇ ਦਿਨਾਂ ਦੀ ਗੱਲ ਹੈ ਫਿਰ ਮੈਂ ਆਪਣੀ ਮੰਮੀ ਨਾਲ ਸਵਾਇਆ ਕਰਾਂਗੀ ਇੰਤਜ਼ਾਰ ਕਰੋ ਚਾਚੂ ਜੀ ਮੈਂ ਵੀ ਆ ਜਾਣੀ ਆ ਬੱਲੇ ਬੱਲੇ ਚਾਚੇ ਭਤੀਜੀ ਕੀ ਚੱਲ ਰਿਹਾ ਮੈਨੂੰ ਵੀ ਕੁਝ ਪਤਾ ਲੱਗੇ ਦੇਖੋ ਨਾ ਮੰਮੀ ਜੀ ਮੈਂ ਅੱਜ ਆਪਣੇ ਭੈਣ ਨਿੰਮੂ ਕੋਲ ਸੌਣਾ ਤੁਸੀਂ ਚਾਚੂ ਨੂੰ ਸਮਝਾਓ ਨਾ ਵਿਆਹ ਤੋਂ ਬਾਅਦ ਮੈਂ ਤੁਹਾਡੇ ਕਮਰੇ 'ਚ ਸੌਵਾਂਗੀ ਬਿਲਕੁਲ ਸਹੀ ਕਹਿੰਦੀ ਐ ਖੁਸ਼ੀ ਬੇਟਾ ਤੇਰੇ ਚਾਚੂ ਦੇ ਕੰਨ ਖਿੱਚਦਿਆਂ ਕਿ ਉਹ ਅਜੇ ਨਿੰਮੂ ਤੋਂ ਦੂਰ ਰਹੇਗਾ ਚਲੋ ਬਾਬਾ ਹੁਣ ਮੈਂ ਭਾਬੀ ਦੀ ਗੱਲ ਮੰਨ ਲੈਂਦਾ ਖੁਸ਼ੀ ਤੈਨੂੰ ਤਾਂ ਬਾਅਦ 'ਚ ਵੇਖਾਂਗਾ ਹੱਸਦਾ ਹੱਸਦਾ ਬਾਹਰ ਚਲਾ ਜਾਂਦਾ ਹੈ ਰਾਤ ਕਾਫੀ ਹੋ ਗਈ ਸੀ ਨਿੰਮੋ ਤੇ ਖੁਸ਼ੀ ਦੋਨੋਂ ਸੌਂ ਗਈਆਂ ਸਰਤਾਜ ਅਜੇ ਮੰਮੀ ਪਾਪਾ ਨਾਲ ਗੱਲਾਂ ਮਾਰ ਰਿਹਾ ਸੀ ਅਚਾਨਕ ਮੈਂ ਸਟੋਰ ਚ ਗਈ ਨਿੰਮੋ ਦਾ ਥੈਲਾ ਨਜ਼ਰ ਹੀ ਪੈ ਗਿਆ ਫਿਰ ਮੈਂ ਸਰਤਾਜ ਨੂੰ ਬੁਲਾ ਲਿਆ ਵੇਖ ਸਰਤਾਜ ਆ ਨਿੰਮੋ ਦਾ ਥੈਲਾ ਜੋ ਇਹ ਲੈ ਕੇ ਸਾਡੀ ਕੋਠੀ ਅੱਗੇ ਬੈਠਦੀ ਸੀ ਸਰਤਾਜ ਥੈਲਾ ਚੁੱਕ ਕੇ ਵੇਖਦਾ ਉਸ 'ਚ ਛੋਟੇ ਛੋਟੇ ਪੱਥਰ ਦੇ ਟੁਕੜੇ ਸੀ ਇੱਕ ਕੌਲੀ ਸੀ ਫਿਰ ਸਤੰਦਰ ਦੀਆਂ ਅੱਖਾਂ 'ਚ ਹੰਝੂ ਆ ਗਏ ਉਨੇ ਉਹ ਥੈਲਾ ਚੁਮ ਲਿਆ ਪਤਾ ਨਹੀਂ ਮੇਰੀ ਨਿੰਮੂ ਨੇ ਕਿੰਨਾ ਬੁਰਾ ਵਕਤ ਵੇਖਿਆ ਸੀ ਸ਼ਾਇਦ ਸੋਟੀ ਨਾਲ ਕੁੱਤਿਆਂ ਨੂੰ ਭਜਾਉਂਦੀ ਹੋएगी ਪੱਥਰ ਵੀ ਉਹਨੇ ਆਪਣੇ ਵਿਚਾਲੇ ਰੱਖੇ ਹੋਣਗੇ ਇਹ ਜ਼ਾਲਮ ਜ਼ਮਾਨਾ ਕੱਲੀ ਔਰਤ ਨੂੰ ਵੇਖ ਕੇ ਉਹਦੀ ਇੱਜ਼ਤ ਤੇ ਹੱਥ ਪਾਉਂਦਾ ਫਿਰ ਸਰਤਾਜ ਨੇ ਥੈਲਾ ਛਾੜ ਕੇ ਵੇਖਿਆ ਉਸ ਤੋਂ ਇੱਕ ਕਜਲ ਦੀ ਡੱਬੀ ਵੀ ਨਿਕਲ ਕੇ ਥੱਲੇ ਡਿੱਗ ਪਈ ਸਰਤਾਜ ਨਿੰਮੂ ਆਪਣਾ ਮੂੰਹ ਕਾਲਾ ਕਰਕੇ ਰੱਖਦੀ ਸੀ ਸ਼ਾਇਦ ਇਹ ਕਜਲ ਹੀ ਮੂੰਹ ਤੇ ਲਾਉਂਦੀ ਹੋਵੇਗੀ ਦਿਮਾਗ ਤੇ ਗਹਿਰੇ ਸਦਮੇ ਕਰਕੇ ਹੋਸ਼ਟ ਨਹੀਂ ਸੀ ਪਰ ਉਹਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਸਾਡੀ ਕੋਠੀ ਅੱਗੇ ਉਹਦੀਆਂ ਨਜ਼ਰਾਂ ਤੈਨੂੰ ਲੱਗਦੀਆਂ ਸੀ ਭਾਬੀ ਬੱਸ ਕਰ ਹੁਣ ਮੇਰੇ ਤੋਂ ਸੁਣ ਨਹੀਂ ਹੁੰਦਾ ਰੱਬ ਦਾ ਸ਼ੁਕਰ ਕਰਦਾ ਮੇਰੀ ਨਿੰਮੂ ਸਹੀ ਸਲਾਮਤ ਹੈ ਤੇ ਮੇਰੇ ਕੋਲ ਹੈ ਮੈਂ ਹੁਣ ਇਹਨੂੰ ਕਦੇ ਕੋਈ ਦੁੱਖ ਨਹੀਂ ਦੇਵਾਂਗਾ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਸੀ ਸਰਤਾਜ ਤੇ ਨਿੰਮੂ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਖੁਸ਼ੀ ਰੋਜ਼ ਹੀ ਮੇਰੇ ਨਾਲ ਬਾਜ਼ਾਰ ਜਾਂਦੀ ਸੀ ਨਵੇਂ-ਨਵੇਂ ਸੂਟ ਗਹਿਣੇ ਪਤਾ ਨਹੀਂ ਕੀ ਕੁਝ ਖਰੀਦ ਰਹੀ ਸੀ ਆਖਿਰ ਵਿਆਹ ਵਾਲਾ ਦਿਨ ਵੀ ਆ ਗਿਆ ਹਰਨੇਕ ਸਿੰਘ ਤੇ ਕੁਲਜੀਤ ਕੌਰ ਵੀ ਵਿਆਹ ਖਾਨ ਆ ਗਏ ਸਨ ਹੋਰ ਕੋਈ ਰਿਸ਼ਤੇਦਾਰ ਨਹੀਂ ਬੁਲਾਇਆ ਸੀ ਸਰਤਾਜ ਵਾਜੇਗਾ ਜੇ ਵਜਾਉਣ ਦੇ ਹੱਕ ਤੇ ਨਹੀਂ ਸੀ ਸਾਧੀਆਂ ਰਸਮਾਂ ਨਾਲ ਬਸ ਗੁਰਦੁਆਰੇ 'ਚ ਲਾਵਾਂ ਹੋਣੀਆਂ ਸੀ ਅੱਜ ਨਿੰਮੋ ਨੇ ਬਹੁਤ ਹੀ ਸੋਹਣਾ ਲਾਲ ਰੰਗ ਦਾ ਸੂਟ ਪਾਇਆ ਸੀ ਜੋ ਖੁਸ਼ੀ ਆਪਣੀ ਪਸੰਦ ਦਾ ਲਿਆਈ ਸੀ ਤੇ ਹੱਥਾਂ 'ਚ ਲਾਲ ਚੂੜਾ ਨਿੰਮੋ ਦੇ ਚਿਹਰੇ ਤੇ ਅੰਤਾਂ ਦਾ ਨੂਰ ਝਲਕਾ ਮਾਰ ਰਿਹਾ ਸੀ ਕੰਨਾਂ 'ਚ ਲੰਮੇ-ਲੰਮੇ ਝੁੰਮਕੇ ਨੱਕ ਤੇ ਨਥ ਗਲ 'ਚ ਸੋਨੇ ਦਾ ਹਾਰ ਪਾਇਆ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਸਜੀ ਹੋਈ ਦੁਲਹਨ ਨਿਮੋ ਰਾਣੀ ਅਜ ਛਮ ਛਮ ਕਰ ਰਹੀ ਸੀ ਸਰਤਾਜ ਵੀ ਸ਼ੇਰਵਾਨੀ ਪਾ ਕੇ ਘੁੰਮ ਰਿਹਾ ਸੀ ਦੋਹਾਂ ਦੀ ਜੋੜੀ ਅਰਸ਼ਾਂ ਤੋਂ ਉਤਰੀ ਸੁੰਦਰ ਲੱਗ ਰਹੀ ਸੀ ਖੁਸ਼ੀ ਦੇ ਪੈਰ ਵੀ ਅੱਜ ਜ਼ਮੀਨ ਤੇ ਨਹੀਂ ਸੀ ਲੱਗ ਰਹੇ ਉਹਨੇ ਖਾਲਸਾ ਰੰਗ ਦੀ ਕੇਸਕੀ ਸਿਰ ਤੇ ਸਜਾਈ ਸੀ ਨੀਲੇ ਰੰਗ ਦਾ ਪਾਣਾ ਅਜੋ ਮਾਈ ਭਾਗੋ ਦਾ ਰੂਪ ਲੱਗ ਰਹੀ ਸੀ ਛੇਤੀ ਸਾਰੇ ਗੁਰਦੁਆਰੇ ਪੁੱਜ ਗਏ ਗੁਰਦੁਆਰੇ ਚ ਕਾਫੀ ਚਹਿਲ ਪਹਿਲ ਸੀ ਲੋਕ ਬੈਠੇ ਲੋਕੀਂ ਕੀਰਤਨ ਦਾ ਆਨੰਦ ਮਾਨ ਰਹੇ ਸੀ ਬਿਨ ਭਾਗਾ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਸ਼ਬਦ ਗਾਇਨ ਹੋ ਰਿਹਾ ਸੀ ਸਰਤਾਜ ਤੇ ਨਿਮੋ ਆਨੰਦ ਕਾਰਜ ਲਈ ਬਾਬਾ ਜੀ ਅੱਗੇ ਤਿਆਰ ਬੈਠੇ ਸਨ ਮੇਰੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਵਹਿ ਰਹੇ ਸਨ ਹਰਨੇਕ ਤੇ ਕੁਲਜੀਤ ਜੀ ਵੀ ਅੱਗੇ ਬੈਠੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ ਛੇਤੀ ਭਾਈ ਜੀ ਨੇ ਲਾਵਾਂ ਪੜੀਆਂ ਤੇ ਵਿਆਹ ਹੋਇਆ ਮੇਰੇ ਬਾਬਲਾ ਸ਼ਬਦ ਗਾਇਆ ਜਾ ਰਿਹਾ ਸੀ ਖੁਸ਼ੀ ਵੀ ਅੱਗੇ ਕੀਰਤਨ ਕਰਨ ਵਾਲਿਆਂ ਕੋਲ ਜਾ ਬੈਠੀ ਤੇ ਹਾਰਮੋਨੀਅਮ ਤੇ ਸ਼ਬਦ ਪੜਨ ਲੱਗੀ ਲਗ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਖੁਸ਼ੀ ਦੀ ਸੁਰੀਲੀ ਆਵਾਜ਼ ਸੁਣ ਕੇ ਸਾਰੀ ਸੰਗਤ ਨਿਹਾਲ ਹੋ ਗਈ ਪਹਿਲੀ ਵਾਰ ਆਪਣੀ ਧੀ ਨੂੰ ਕੀਰਤਨ ਕਰਦੇ ਵੇਖਣ ਰਹੀ ਸੀ ਤੇ ਖੁਸ਼ੀ ਚ ਪਾਗਲ ਹੋ ਰਹੀ ਸੀ ਗੁਰਦੁਆਰੇ ਦੇ ਭਾਈ ਜੀ ਨੇ ਖੁਸ਼ੀ ਨੂੰ ਸਰੂਪਾ ਦੇ ਕੇ ਉਹਦਾ ਹੌਸਲਾ ਵਧਾਇਆ ਉਦੋਂ ਤੋਂ ਬਾਅਦ ਸਰਤਾਜ ਦੀ ਜ਼ਿੰਦਗੀ 'ਚ ਕਰਮਾ ਵਾਲਾ ਦਿਨ ਆਇਆ ਸੀ ਸਾਰੇ ਵਧਾਈਆਂ ਦੇ ਰਹੇ ਸਨ ਅੱਜ ਮੈਂ ਪਾਣੀ ਵਾਰ ਕੇ ਪੀਤਾ ਨਵੀਂ ਬਹੂ ਦਾ ਖੁਸ਼ੀਆਂ ਨਾਲ ਸਵਾਗਤ ਕੀਤਾ ਸਰਤਾਜ ਦੀ ਨਿਮੋ ਝੰਮ ਝੰਮ ਕਰਦੀ ਕੋਠੀ 'ਚ ਫਿਰ ਰਹੀ ਸੀ ਉਹਦਾ ਸੁਪਨਾ ਪੂਰਾ ਹੋ ਗਿਆ ਸੀ ਦੂਜੇ ਦਿਨੀ ਹਰਨੇਕ ਸਿੰਘ ਤੇ ਉਹਨਾਂ ਦੀ ਪਤਨੀ ਕੁਲਜੀਤ ਕੈਨੇਡਾ ਵਾਪਸ ਪਰਤ ਗਏ ਸੀ ਜਾਣ ਲੱਗੇ ਮੈਨੂੰ ਕਹਿਣ ਲੱਗੇ ਕਿ ਸਾਡੀ ਧੀ ਖੁਸ਼ੀ ਤੁਹਾਡੇ ਕੋਲ ਆਮਾਨਤ ਹੈ ਛੇਤੀ ਇਸ ਲਈ ਕੋਈ ਯੋਗ ਵਰ ਲੱਭ ਕੇ ਦਾ ਵਿਆਹ ਕਰਾਵਾਂਗੇ ਸਰਤਾਜ ਹਨੀਮੂਨ ਲਈ ਸਿੰਗਾਪੁਰ ਦੀ ਟਿਕਟਾਂ ਲੈ ਆਇਆ ਸੀ ਮੈਂ ਤੇ ਖੁਸ਼ੀ ਨੇ ਦੁਲਾ ਤੇ ਦੁੱਲਲ ਨੂੰ ਸਜਦਾ ਕਰਕੇ ਦੋ ਪਿਆਰ ਕਰਨ ਵਾਲੀਆਂ ਰੂਹਾਂ ਦੇ ਰਾਜ ਫੁੱਲ ਖਿਲਾਰਦੇ ਸਨ ਦੋਹਾਂ ਨੇ ਪੱਕੀ ਜ਼ਿੰਦਗੀ ਪਵਿੱਤਰਤਾ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਸੀ ਮੈਨੂੰ ਜੀਤ ਦੀ ਕਮੀ ਮਹਿਸੂਸ ਹੋ ਰਹੀ ਸੀ ਮੈਂ ਜੀਤ ਦੀ ਫੋਟੋ ਅੱਗੇ ਖੜੀ ਕਹਿ ਰਹੀ ਸਾਂ ਵੇਖੋ ਜੀਤ ਜੀ ਅੱਜ ਸਾਡਾ ਪਰਿਵਾਰ ਕਿੰਨਾ ਖੁਸ਼ ਹੈ ਸਾਰੇ ਜਹਾਨ ਦੀਆਂ ਖੁਸ਼ੀਆਂ ਸਾਡੇ ਘਰ ਆ ਗਈਆਂ ਹਨ ਬਸ ਇੱਕ ਤੁਸੀਂ ਦੂਰ ਦੀ ਉਡਾਰੀ ਲਾ ਲਈ ਹੈ ਧੰਨਵਾਦ ਸਮਾਪਤ